ਸਪੀਕਰ ਹੋਣਗੇ ਜੀ ਨਾਲ ਡੈਕ ਹੋਊਗਾ ਜੀ ਨਾਲ ਡੈਕ ਨਾਲ ਸਾਰੀ ਫਿਟਿੰਗ ਹੋਊਗੀ ਕਿੰਨੇ ਦਾ ਇਹ ਪੈ ਜੂ ਆਪਾਂ ਨੂੰ 2000 ਰੁਪਏ ਦਾ ਜੀ 2000 ਰੁਪਏ ਦੇਖੀਏ ਚਾਰ ਸਬਵੂਫਰ ਆ ਗਿਆ ਹਾਂਜੀ ਹਾਂਜੀ ਤੇ ਸਪੀਕਰ ਫਿਰ ਇਹਦੇ ਵਿੱਚ ਕਿੰਨੇ ਆ ਗਏ ਇਹਦੇ ਵਿੱਚ ਹੁਣ 16 ਆ ਗਏ ਜੀ 16 ਸਪੀਕਰ ਚਾਰ ਸਬਵੂਫਰ ਹਾਂ ਸਰ ਹਾਂਜੀ ਸਤਿ ਸ਼੍ਰੀ ਅਕਾਲ ਵੀਰੋ ਮੈਂ ਬਲਜਿੰਦਰ ਸਿੰਘ ਸਵਾਗਤ ਕਰਦਾ ਤੁਹਾਡਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਟਰੈਕਟਰ ਮਿਊਜ਼ਿਕ ਸਿਸਟਮ ਦੀ ਵੀਡੀਓ ਆ ਸੋ ਅਸੀਂ ਇਸ ਟਾਈਮ ਹੈਗੇ ਆ ਰਾਮਾ ਮੰਡੀ ਦੇ ਵਿੱਚ ਸੋ ਬਾਈਆਂ ਦੀ ਐਚ ਐਸ ਸਿੱਧੂ ਇਲੈਕਟ੍ਰੋਨਿਕਸ ਕਰਕੇ ਜਿਹੜੀ ਕਿ ਸ਼ੌਪ ਆ ਰਾਮਾ ਮੰਡੀ ਦੇ ਵਿੱਚ ਸੋ ਆ ਜੋ ਤੁਹਾਨੂੰ ਸਾਰੇ ਮਿਊਜ਼ਿਕ ਸਿਸਟਮ ਦਿਖਾਉਣੇ ਆ ਵੱਖ ਵੱਖ ਰੇਟਾਂ ਦੇ ਵਿੱਚ ਆ ਸੋ ਰੇਟ ਵਗੈਰਾ ਵੀ ਤੁਹਾਨੂੰ ਦੱਸਾਂਗੇ ਅਤੇ ਕੁਆਲਿਟੀ ਵਗੈਰਾ ਵੀ ਆ ਵੱਖ ਵੱਖ ਕੁਆਲਿਟੀ ਦੇ ਹੁੰਦੇ ਆ ਸੋ ਆ ਜੋ ਬਾਈ ਨਾਲ ਗੱਲਬਾਤ ਕਰਦੇ ਹਾਂ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਅਤੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਆ ਜੋ ਤੁਹਾਨੂੰ ਬਾਈ ਨਾਲ ਮਿਲਾਉਣੇ ਆ ਹਾਂਜੀ ਸਤਿ ਸ਼੍ਰੀ ਅਕਾਲ ਵੀਰੋ ਸਤਿ ਸ਼੍ਰੀ ਅਕਾਲ ਵੱਡੇ ਭਾਈ ਹੋਰ ਠੀਕ ਹੋ ਵਧੀਆ ਵਧੀਆ ਭਰਾ ਬਾਈ ਹੈਗੇ ਹਰਪ੍ਰੀਤ ਆਪਣੇ ਨਾਲ ਸੋ ਬਾਈ ਤੋਂ ਜਾਣਕਾਰੀ ਲੈਣੀ ਅਤੇ ਨਾਲ ਹੀ ਬਾਈ ਭਿੰਦਾ ਸੋ ਬਾਈ ਇੱਥੇ ਕੰਮ ਕਰਦੇ ਆ ਹੈ ਨਾ ਸੋ ਆਹ ਸਾਰੇ ਮਿਊਜ਼ਿਕ ਸਿਸਟਮ ਪਏ ਆ ਵੱਖ ਵੱਖ ਤਰ੍ਹਾਂ ਦੇ ਹੈ ਨਾ ਸੋ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ 'ਤੇ ਲੈਣੀ ਹੈ ਬਾਈ ਤੋਂ ਸੋ ਬਾਈ ਆਪਾਂ ਸ਼ੁਰੂ ਕਰੀਏ ਤੁਹਾਡੇ ਆਪਣੇ ਜਿਹੜੇ ਮਿਊਜ਼ਿਕ ਡੈੱਕ ਆ ਗਏ ਹੈ ਨਾ ਹਾਂਜੀ ਹਾਂਜੀ ਤੁਹਾਡੇ ਕੋਲ ਵੱਖ ਵੱਖ ਤਰ੍ਹਾਂ ਦੇ ਪਏ ਆ ਹੈ ਨਾ ਹਾਂਜੀ ਹਾਂਜੀ ਬਾਈ ਅਤੇ ਜਿਵੇਂ ਆਹ ਪਲੇਟਾਂ ਵਗੈਰਾ ਤੁਸੀਂ ਕਿਹੜੀਆਂ ਯੂਜ਼ ਕਰਦੇ ਹੋ ਫਿਰ ਇਹ ਵੀਰੇ ਆਪਾਂ ਮੰਨ ਕੇ ਚਲੋ ਸਾਰੇ ਅਸੈਸਰੀ ਆਪ ਤਿਆਰ ਕਰਦੇ ਹਾਂ ਭਰਾ ਇਹ ਠੀਕ ਹੈ ਵੀਰੇ ਠੀਕ ਹੈ ਵੀਰੇ ਜਿਵੇਂ ਇਹ 12 ਇੰਚੀ ਪੇਟੀ 15 ਇੰਚੀ ਪੇਟੀ ਦੇ ਸਿਸਟਮ ਚੱਲਦਾ ਹੈਗਾ ਹਾਂਜੀ ਹਾਂਜੀ ਕੋਈ ਹੀਟ ਨਹੀਂ ਵੀਰੇ ਬਹੁਤ ਸੋਹਣੀ ਆਵਾਜ਼ ਆਏਗੀ ਕੋਈ ਲਾਂਬਾ ਨਹੀਂ ਭਰਾ ਇਹਦਾ ਸਿਸਟਮ ਦਾ ਠੀਕ ਹੈ ਤੇ ਜਿਹੜਾ ਇਹ ਸਿਸਟਮ ਹੈ ਵੀਰੇ ਇਹ ਵੱਡਾ ਸਿਸਟਮ ਆ ਗਿਆ ਵੀਰੇ 4 ਬੇਸਾਂ ਲਾ ਲਓ 5 ਬੇਸਾਂ ਲਾ ਲਓ 15 ਇੰਚੀ ਠੀਕ ਹੈ ਕੋਈ ਲਾਂਬਾ ਨਹੀਂ ਵੀਰੇ ਕੋਈ ਗਰੰਟੀ ਨਹੀਂ ਕੋਈ ਹੀਟ ਨਹੀਂਗਾ ਠੀਕ ਹੈ ਜੀ ਬਹੁਤ ਸੋਹਣੀ ਆਵਾਜ਼ ਹੈ ਵੀਰੇ ਨਾਰਮਲ ਰੇਟ ਹੈਗਾ ਕੁਆਲਿਟੀ ਦੇਵਾਂਗੇ ਵਧੀਆ ਬਾਈ ਆਪਾਂ ਦੇਖੀਏ ਹੀਟ ਸਿੰਕ ਪੂਰੀ ਮੋਟੀ ਲਾਈ ਹੋਈ ਹੈ ਹਾਂ ਹਾਂ ਵੀਰੇ ਇਧਰਲੀ ਸਾਈਡ ਦੇਖੋ ਹਾਂ 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 ਪੂਰੀ ਹੀਟ ਸਿੰਕ ਮੋਟੀ ਹੈ ਹੀਟ ਨਹੀਂ ਹੁੰਦੀ ਵੀਰੇ ਇਹ ਪਹਿਲੀ ਗੱਲ ਤਾਂ ਹੀਟ ਸਿੰਕ ਮੋਟੀ ਜੀ ਜੀ ਤੇ ਕੁਆਲਿਟੀ ਬਹੁਤ ਸੋਹਣੀ ਹੈ ਵੀਰੇ ਠੀਕ ਹੈ ਵੀਰੇ ਹਾਂ ਅੱਛਾ ਇਹ ਦੇਖੀਏ ਕਿੰਨੇ ਮੋਸਫੈਟ ਆ ਜਾਂਦਾ ਫਿਰ ਇਹ ਵੀਰੇ ਆ ਗਿਆ ਆਪਣਾ 10 ਮੋਸਫੈਟ ਆ ਗਿਆ ਵੀਰੇ ਵੱਡਾ 10 ਮੋਸਫੈਟ ਹਾਂ ਵੀਰੇ ਆਮ ਨਾਰਮਲ ਲੋਕ 8 ਮੋਸਫੈਟ ਲਾਉਂਦੇ ਆ ਵੀਰੇ 4 ਬੇਸਾਂ ਤੇ ਉਹਦੀ ਕੁਆਲਿਟੀ ਨਹੀਂ ਬਣਦੀ ਠੀਕ ਹੈ ਇਹ ਆਪਣਾ ਆਪ ਦਾ ਵਧੀਆ ਤਿਆਰ ਕਰਿਆ ਹੋਇਆ 10 ਮੋਸਫੈਟ ਚ 10 ਮੋਸਫੈਟ ਹਾਂ ਹਾਂ ਬਹੁਤ ਸੋਹਣੀ ਕੁਆਲਿਟੀ ਆਪਾਂ ਦੇਖੀਏ ਤੁਹਾਡਾ ਹੈਵੀ ਵਾਲਾ ਇਹ ਹਾਂ ਹਾਂ ਪੂਰੇ ਹੈਵੀ ਵਾਲਾ ਸੈੱਟ ਹੈ ਵੀਰੇ ਠੀਕ ਹੈ ਆਪਣੇ 4 ਬੇਸਾਂ ਲਾ ਲਓ 5 ਲਾ ਲਓ 6 ਲਾ ਲਓ ਚਲਾਊ ਹੈ ਵੀਰੇ ਕੋਈ ਲੰਬਾ ਨਹੀਂ ਹੈ ਸੈੱਟ ਠੀਕ ਹੈ ਵੀਰੋ ਹਾਂਜੀ ਤੇ ਇੱਕ ਆਪਣੇ ਕੋਲੇ ਨਾਰਮਲ ਆ ਗਏ ਤੁਹਾਡੇ ਕੋਲੇ ਹਾਂ ਆਮ ਜਿਵੇਂ ਡੈਕ ਟੇਪ ਲੱਗਦੀ ਹੈ ਹਾਂ ਹਾਂ ਵੀਰੇ ਇਹ ਛੋਟੇ ਡੈਕ ਆ ਜਾਂਦੇ ਜਿਵੇਂ ਆਪਣਾ ਮੰਨ 2000 3000 3500 ਰੁਪਿਆ ਜਿਵੇਂ ਆਪਾਂ ਨਾਰਮਲ ਕਾਟਨੇ ਰਹੇ ਹਾਂ ਨਾਰਮਲ ਲਾਉਣਾਗਾ ਹਾਂਜੀ ਕੁਆਲਿਟੀ ਬਹੁਤ ਸੋਹਣੀ ਆਪ ਤਿਆਰ ਕਰਦੇ ਆ ਵੀਰੇ ਲੰਬਾ ਹੈ ਨਹੀਂ ਕੋਈ ਸੈੱਟ ਦਾ ਠੀਕ ਆ ਬਾਈ ਸੋ ਬਾਈ ਆਪ ਤਿਆਰ ਕਰਦੇ ਆ ਇਹਦੇ ਵਿੱਚ ਦੋ ਮਾਡਲ ਆ ਵੀਰੇ ਇੱਕ ਆਹ ਤੇ ਇੱਕ ਆ ਡਬਲ ਬਾਡੀ ਚ ਆ ਜਾਂਦਾ ਬਾਈ ਇਹ ਮਤਲਬ ਤਾਂ ਕਵਰ ਦਿੱਤਾ ਹੋਇਆ ਹਾਂ ਹਾਂ ਇਹ ਕਵਰ ਹਾਂ ਰੇਤਾ ਰੁੱਤਾ ਨਹੀਂ ਪੈਂਦਾ ਵੀਰੇ ਠੀਕ ਆ ਵੀਰੇ ਹਾਂ ਇੱਕ ਤੁਸੀਂ ਲੱਕੜ ਦੇ ਵੀ ਤਿਆਰ ਕੀਤੇ ਹੋਏ ਆ ਇਹ ਵੀ ਸਿਸਟਮ ਸੇਮ ਰੱਖਿਆ ਹੋਇਆ ਹਾਂ ਵੀਰੇ ਇਹ ਮੰਨ ਕੇ ਚੱਲੋ ਆਪਣੇ 10 ਇੰਚੀ 12 ਇੰਚੀ ਜਿਹੜੇ ਬਕਸੇ ਨਹੀਂ ਹੁੰਦੇ ਹਾਂਜੀ ਹਾਂਜੀ ਵੀਰੇ ਉਹਨਾਂ ਦੇ ਲੱਗਦਾ ਸਿਸਟਮ ਵੀਰੇ ਸਿਸਟਮ ਦਿਖਾ ਦੇਣਾ ਤੁਹਾਨੂੰ ਠੀਕ ਆ ਬਹੁਤ ਵਧੀਆ ਚੀਜ਼ ਹੈ ਕੁਆਲਿਟੀ ਬਹੁਤ ਇੱਕ ਨੰਬਰ ਹੈ ਮਤਲਬ ਲੱਕੜ ਦੀ ਬਾਡੀ 'ਚ ਤਿਆਰ ਕਰਤਾ ਹਾਂ ਹਾਂ ਪਲੇਟ ਵਗੈਰਾ ਸਾਰਾ ਮੌਸਫੈਟ ਵਗੈਰਾ ਆਪਣਾ ਵੇਖੀ ਕਿੰਨੇ ਮੌਸਫੈਟ ਆ ਜਾਂਦਾ ਇਹ ਵੀ ਇਹ ਹੈਗਾ ਆਪਣਾ ਨਾਰਮਲ 8 ਮੌਸਫੈਟ ਹੈ ਵੀਰੇ ਇਹ ਵੀ ਓਮੀ ਆ ਹਾਂ ਹਾਂ 8 ਮੌਸਫੈਟ ਇਹ 12 ਇੰਚੀ ਤੇ ਚੱਲੂਗਾ ਵੀਰੇ ਸਪੀਕਰਾਂ ਤੇ 10 ਇੰਚੀ ਸਪੀਕਰਾਂ ਤੇ ਬਹੁਤ ਸੋਹਣੀ ਕੁਆਲਿਟੀ ਬਣਾਉਂਦੇ ਆ ਜਿਹੜੇ ਆਹ ਸੈੱਟ ਆ ਵੱਡੇ ਇਹ ਹੈਗੇ ਬੇਸਾਂ ਵਾਲੇ ਵੀਰੇ ਠੀਕ ਹੈ 12 ਇੰਚੀ 15 ਇੰਚੀ 18 ਇੰਚੀ ਬੇਸਾਂ ਵਾਲੇ ਮਾਡਲ ਆ ਸਾਰੇ ਠੀਕ ਹੈ ਕੁਆਲਿਟੀ ਇੱਕ ਨੰਬਰ ਬਣਦੀ ਹੈ ਵੀਰੇ ਲੰਬਾ ਹੈ ਨਹੀਂ ਕੋਈ ਵੀ ਸਿਸਟਮ ਦਾ ਸੋ ਉਸ ਤੋਂ ਬਾਅਦ ਤੁਹਾਡੇ ਕੋਲੇ ਮੱਲਾ ਕਾਰਾਂ ਦਾ ਸਬ ਵੂਫਰ ਐਂਪਲੀਫਾਇਰ ਪਿਆ ਹਾਂ 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 ਵੀਰੇ ਇਹ ਮੰਨ ਆਪਣਾ ਉਹਨਾਂ JBL ਦਾ ਮੋਨੋ ਐਂਪਲੀਫਾਇਰ ਹੈ ਵੀਰੇ ਜੀ ਬਹੁਤ ਸੋਹਣੀ ਕੁਆਲਿਟੀ ਹੈ ਸੈੱਟ ਦੀ ਵੀਰੇ ਇਹ ਆਪਣੀ ਜਿਵੇਂ ਉਹ ਪੇਸ ਉੱਪਰ JBL ਦੀ ਪੇਟੀ ਪਈ ਆ ਉਹਦੇ ਨਾਲ ਲੱਗਦੀ ਸਿਸਟਮ ਸਾਰਾ ਇਹ ਹਾਂ ਇੱਕ ਮਿੰਟ ਜਿਹੜੀ ਇਧਰਲੀ ਸਾਈਡ ਪਿੱਛੇ ਪਈ ਆ ਇਹ ਵਾਲੀ JBL ਦੀ ਹਾਂ ਉੱਪਰ ਕਿੰਨੇ ਇੰਚੀ ਵਾਲੀ ਇਹ ਇਹ 12 ਇੰਚੀ ਦੋ ਬੇਸਾਂ ਇਹਦੇ ਵਿੱਚ ਜੀ ਦੋ ਬੇਸਾਂ 12 ਇੰਚੀ ਦੇ ਵਿੱਚ ਆ ਦੋ ਬੇਸਾਂ 6 ਸਪੀਕਰ ਇਹਦੇ ਵਿੱਚ ਠੀਕ ਹੈ ਵੀਰ ਹਾਂ ਇਹਦੀ ਕੁਆਲਿਟੀ ਵੀਰੇ ਪੂਰੀ ਸੋਹਣੀ ਬਣਦੀ ਹੈਗੀ ਇਹ ਨਾਲ ਸਾਰਾ JBL ਦੀ JBL ਦੀ ਡਿਮਾਂਡ ਬਹੁਤ ਹੈ ਕੀ ਇਹਨਾਂ ਮਤਲਬ ਟੋਟਲ ਕਿੰਨੇ ਪੈ ਜੂਗੀ ਕਿੰਨੇ ਚ ਇਹ ਪੈ ਜਾਂਦਾ ਸਿਸਟਮ ਜੀ ਮੰਨ ਕੇ ਚੱਲੋ ਜੀ ਉਹ ਗਾਗ ਦੇ ਨਾਰਮਲ ਹਿਸਾਬ ਨਾਲ ਲਾਉਣਾ ਜਿਵੇਂ 30 ਦਾ ਹੀ ਪੈ ਜੂਗਾ 25 ਦਾ ਹੀ ਪੈ ਜੂਗਾ 28 ਦਾ ਹੀ ਪੈ ਜੂਗਾ ਜੈ ਹਿਸਾਬ ਨਾਲ ਕਸਟਮਰ ਨੇ ਰੁਪਏ ਲਾਉਣੇ ਆ ਜੀ ਆਪਾਂ ਉਹ ਸਿਸਟਮ ਤਿਆਰ ਕਰਕੇ ਦੇ ਦੇਵਾਂਗੇ ਠੀਕ ਹੈ ਵੀਰ ਹਾਂਜੀ ਜਿਹੜੇ ਇਹ ਇਹ ਸਿਸਟਮ ਆਪਣੇ ਜੀ ਇਹ ਪੈ ਜਾਂਦਾ ਜੀ ਨਾਰਮਲ 15.5 16 ਜੀ ਇਹ ਕਿੰਨੇ ਇੰਚ ਦੇ ਵਿੱਚ ਇਹ 12 ਇੰਚ ਦੇ ਵਿੱਚ ਜਿਵੇਂ ਆ ਪਿੱਛੇ ਪਈ ਹੈ ਪੇਟੀ ਵੀਰੇ ਬੇਸਾਂ ਵਾਲੀ ਪੇਟੀ ਪਈ ਹੈਗੀ ਆਹ ਤੁਹਾਡੀ ਜਿਵੇਂ 12 ਇੰਚ ਦੇ ਵਿੱਚ ਆ ਗਈ ਹੈਨਾ ਪੇਟੀ ਹਾਂ ਹਾਂ ਵੀਰੇ ਇਹ 16.5 ਦੇ ਵਿੱਚ ਹਾਂ 16.5 ਇਹਦੇ ਵਿੱਚ ਮਤਲਬ ਮੈਗਨੇਟ ਵਗੈਰਾ ਫਿਰ ਕਿੰਨੇ ਮੈਂ ਯੂਜ਼ ਮੈਗਨੇਟ ਵੀਰੇ ਇਹ ਚ ਹੁੰਦਾ 155 ਵੀਰੇ 155 ਹਾਂ ਬੂਫਰ ਆਪਾਂ ਆਪਦੇ ਤਿਆਰ ਕਰਦੇ ਆ ਵੀਰੇ ਕੁਆਲਿਟੀ ਬਹੁਤ ਸੋਹਣੀ ਬਣਦੀ ਹੈਗੀ ਲੰਬਾ ਨਹੀਂ ਆਉਂਦਾ ਕੋਈ ਵੀ ਜੀ 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 ਪੇਟੀ ਵੀ ਜਿਹੜੀ ਆਪਾਂ ਕਹਿ ਦਈਏ ਆਪਾਂ ਜਿਹੜੀ ਹੁੰਦੀ ਆ ਹਾਂ ਚਾਦਰ ਦੀ ਹੈ ਵੀਰੇ ਹਾਂ ਅਲਮੀਨੀਅਮ ਚਾਦਰ ਲੱਗੀ ਹੈ ਇਹਦੇ ਵਿੱਚ ਕਪੜਾ ਹੀ ਮਿਲ ਜੂਗਾ ਭਰਾ ਸਨਮੈਕਾ ਹੀ ਮਿਲ ਜੂਗਾ ਉਹ ਅਡਵਾਂਟੇਜ ਚੋਇਸ ਹੈ ਮਾਡਲ ਸਾਰੇ ਪਏ ਆ ਉੱਪਰ ਪਏ ਆ ਮਾਡਲ ਸਾਰੇ
ਠੀਕ ਹੈ ਇਹ ਕਿੰਨੇ ਇੰਚੀ ਦੱਸਿਆ ਸੀ ਤੁਸੀਂ ਇਹ 15 ਇੰਚੀ ਦੋ ਬੇਸ ਹੈ ਮੇਰੇ 10 ਸਪੀਕਰਾਂ ਨਾਲ 10 ਸਪੀਕਰਾਂ ਦੇ ਨਾਲ ਇਹ ਜਿਹੜੀ ਇਹਦੀ ਮਟੀਰੀਅਲ ਯੂਜ਼ ਕੀਤਾ ਹੈ ਪੇਟੀ ਦਾ ਤੁਸੀਂ ਕੱਪੜਾ ਲਾਇਆ ਇਹਦੇ ਵਿੱਚ ਇਹਦੇ ਵਿੱਚ ਮੇਰੇ ਪਹਿਲਾਂ ਸਨਮੈਕਾ ਚੜਾਇਆ ਹੈਗਾ ਹਾਂਜੀ ਉੱਪਰ ਕੱਪੜਾ ਲਾਇਆ ਆਪਾਂ ਉੱਪਰ ਕੱਪੜਾ ਨਾਰਮਲ ਕੀ ਕਰਦੇ ਆ ਲੋਕ ਵੀ ਉੱਪਰ ਸਿੱਧਾ ਕੱਪੜਾ ਚੜਾ ਦਿੰਦੇ ਬਈ ਬਿਲਕੁਲ ਜੀ ਹਾਂ ਉਹਦੇ ਨਾਲ ਜਦੋਂ ਕੱਪੜਾ ਮੰਨ ਕੇ ਚਲੋ ਪਾੜਦਾ ਜੀ ਫਿਰ ਸਾਰੀ ਵਿੱਚੋਂ ਦਿਖਣ ਲੱਗ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਹਾਂ ਇਹਦੇ ਨਾਲ ਵੀ ਆਏ ਆ ਵੀ ਨਾਲੇ ਤਾਂ ਇਹ ਦੋ ਚੀਜ਼ਾਂ ਸੇਫਟੀ ਹੋ ਗਈ ਨਾਲੇ ਪੇਟੀ ਨਹੀਂ ਖਰਾਬ ਹੁੰਦੀ ਜੀ ਸਹੀ ਹੈ ਜੀ ਹਾਂ ਉਸ ਤੋਂ ਬਾਅਦ ਇੱਕ ਛੋਟੀ ਪਈ ਆ 10 ਇੰਚੀ ਹਾਂ ਇਹ ਛੋਟੀ ਆ ਫਿਰ 10 ਇੰਚੀ ਇਹ ਨਾਰਮਲ ਚ ਆ ਜਾਂਦੀ ਇਹ ਨਾਰਮਲ ਚ ਆ ਜਾਂਦਾ ਇਹ ਪੈ ਜੂ ਆਪਾਂ ਨੂੰ 8500 ਰੁਪਏ ਦੀ 8500 ਰੁਪਏ ਦੀ ਪੈ ਇਹਦੇ ਵਿੱਚ ਹਾਂ ਇੱਕ ਮਾਡਲ ਹੋਰ ਆ ਵੀਰੇ ਉਹ ਪੈ ਜੂ 7500 ਦਾ ਆਪਾਂ ਨੂੰ 7500 ਦਾ ਵੀ 7500 8500 ਦੋ ਮਾਡਲ ਹੈ ਠੀਕ ਹੈ ਵੀਰੇ ਸੋ ਅੱਗੇ ਆਪਾਂ ਤੁਹਾਨੂੰ ਅੱਜ ਦਿਖਾਉਣੇ ਆ ਬਾਈ ਦੇ ਹਨਾ ਤਿਆਰ ਕੀਤੇ ਹੋਏ ਆ ਇੱਕ ਆਹ ਤਿਆਰ ਕਰ ਰਹੇ ਆ ਬਾਈ ਦੇਖੋ ਤੁਹਾਨੂੰ ਮਟੀਰੀਅਲ ਵਗੈਰਾ ਕਿਹੜਾ ਲਾਉਂਦੇ ਆ ਤੁਹਾਨੂੰ ਆਹ ਦਿਖਾ ਦਈਏ ਹਾਂ ਬਾਈ ਇਹਦੇ ਵੀ ਦੱਸੋ ਹਨਾ ਕਿਹੜਾ ਯੂਜ਼ ਕਰਦੇ ਆ ਹਾਂ ਵੀਰੇ ਜੀ ਵੀਰੇ ਪੂਰੀ 1 ਨੰਬਰ ਦੀ ਪਲਾਈ ਲੱਗੀ ਹੋਊਗੀ ਇਹਦੇ ਵਿੱਚ 10 ਸਪੀਕਰ ਲਾਵਾਂਗੇ ਵੀਰੇ ਆਪਾਂ ਇਹ ਹੈਗੇ 12 ਇੰਚੀ ਪੇਟੀ ਇਹਦੇ ਵਿੱਚ ਕੈਨਬੋਰਡ ਦੇ ਰਹੀ ਨਾਲ ਬੂਫਰ ਪਾਵਾਂਗੇ ਬਾਈ ਠੀਕ ਹੈ ਵੀਰੇ ਬੂਫਰਾਂ ਦੀ ਸਾਲ ਦੀ ਗਰੰਟੀ ਹੋਊਗੀ ਤੇ ਕੁਆਲਿਟੀ ਬਹੁਤ ਸੋਹਣੀ ਹੋਊ ਜਿਵੇਂ ਉਹ ਆਪਣੇ ਦੂਜਾ ਨਾਰਮਲ ਬੂਫਰ ਆ ਗਏ ਇਹਦੇ ਵਿੱਚ ਕੈਨਬੋਰਡ ਦੇ ਰਹੀ ਨਾਲ ਬੂਫਰ ਪੈ ਜਾਣਗੇ ਬਾਈ ਇਹਦੇ ਨਾਲ ਦੇ ਹਾਂ ਇਹਦੇ ਨਾਲ ਦੇ ਬਾਈ ਠੀਕ ਹੈ ਵੀਰੇ ਇਹਦੀ ਮੰਨ ਕੇ ਚੱਲੋ ਕੁਆਲਿਟੀ 1 ਨੰਬਰ ਬਣੂ ਇਹ ਆਪਾਂ ਨੂੰ ਪਊਗੀ 20000 ਰੁਪਏ ਦੀ ਪੇਟੀ 20000 ਦੀ ਪਊਗੀ ਹਾਂ 20000 ਦੀ ਕਿੰਨੇ ਟਾਈਮ ਦੀ ਹੁੰਦੀ ਹੈ ਵਾਰੰਟੀ ਗਰੰਟੀ ਤੁਹਾਡੀ ਪੇਟੀਆਂ ਦੀ ਫਿਰ ਇਹ ਆਪਣੀ ਸਾਲ ਦੀ ਹੁੰਦੀ ਹੈ ਵਾਰੰਟੀ ਸਾਲ ਦੀ ਹਾਂ ਕੋਈ ਵੀ ਦਿੱਕਤ ਆਉਂਦੀ ਹੈਗੀ ਕੋਈ ਵੀ ਸਿਸਟਮ 'ਚ ਦਿੱਕਤ ਪੈਂਦੀ ਆ ਵੈਸੇ ਤਾਂ ਪੈਂਦੀ ਨਹੀਂ ਜੀ ਉਹਦਾ ਕੋਈ ਫੁੱਲ ਹੱਲ ਹੋਊਗਾ ਜੀ ਕੋਈ ਇਹਨਾਂ ਦੀਆਂ ਵੀ ਕੁਆਲਿਟੀਆਂ ਆਉਂਦੀਆਂ ਫਿਰ ਤੁਹਾਡੀਆਂ ਜਿਹੜੀ ਪੇਟੀਆਂ ਤੇ ਹਾਂ 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 ਵੀਰੇ ਹਾਂ ਵੀਰੇ ਪੂਰੀ ਵਧੀਆ ਜਿਵੇਂ ਆਪਾਂ ਪੂਰੀ ਵਧੀਆ ਕੁਆਲਿਟੀ 'ਚ ਕਰਾਉਣੇ ਹੈਗੇ ਕੀ ਕਰਦੇ ਲੋਕ ਮੰਨ ਕੇ ਚੱਲੋ ਜੀ ਸਿੱਧਾ ਕੱਪੜਾ ਚੜਵਾਤਾ ਸਨਮੈਕਾ ਨਹੀਂ ਲਵਾਇਆ ਜਾਂ ਮੰਨ ਕੇ ਚੱਲੋ ਆਪਣੀ ਪਲਾਈ ਥੋੜੀ ਜਿਹੀ ਹਲਕੀ ਲਾਤੀ ਜੀ ਉਹਦੇ ਨਾਲ ਇੱਕ ਤਾਂ ਬੇਸ ਦਾ ਫਰਕ ਪੈ ਜਾਂਦਾ ਜੀ ਬਿਲਕੁਲ ਜੀ ਤੇ ਇੱਕ ਦੂਜੀ ਗੱਲ ਕੀ ਹੈ ਜਿਹੜੀ ਇਹਦੀ ਕੁਆਲਿਟੀ ਹੈਗੀ ਮੰਨ ਕੇ ਚੱਲੋ ਖਰਾਬ ਨਹੀਂ ਹੁੰਦੀ ਜੀ ਮੀਂਹ ਕਣੀ 'ਚ ਕੋਈ ਦਿੱਕਤ ਨਹੀਂ ਆਉਂਦੀ ਹਾਂ ਸਾਰੀ ਵਾਟਰਪ੍ਰੂਫ ਪਲਾਈ ਹੁੰਦੀ ਹੈ ਜੀ ਮੀਂਹ ਕਣੀ 'ਚ ਦਿੱਕਤ ਨਹੀਂ ਆਉਂਦੀ ਕੋਈ ਠੀਕ ਹੈ ਵੀ ਤੁਹਾਡੇ ਕੋਲੇ ਵੇਖੀ ਕਿੱਥੋਂ ਤੋਂ ਸ਼ੁਰੂ ਹੋ ਜਾਂਦੀਆਂ ਜਿਹੜੀਆਂ ਮੰਨ ਕੇ ਚੱਲੋ ਸਪੀਕਰ ਵਗੈਰਾ ਨਾ ਮਿਊਜ਼ਿਕ ਸਿਸਟਮ ਘੱਟ ਤੋਂ ਘੱਟ ਦੇ ਘੱਟ ਤੋਂ ਘੱਟ ਵੀਰੇ ਆਪਣੇ ਕੋਲ 2000 ਤੋਂ ਸਟਾਰਟ ਹੈ 2000 ਵਾਲਾ ਹਾਂ 2000 ਵਾਲਾ ਸਟੈਂਪ ਪਿਆ ਕਿਹੜਾ ਹਾਂ 2000 ਵਾਲਾ 8 ਇੰਚੀ ਬਕਸੇ ਹੋਣਗੇ ਵੀਰੇ ਹਾਂਜੀ ਵੀਰੇ ਉਹ ਛੋਟਾ ਡੈਕ ਆ ਜੂਗਾ ਜਿਵੇਂ ਆ ਜਾਂਦੇ ਸਪੀਕਰ ਛੋਟੇ ਆ ਜਾਂਦੇ ਜਿਵੇਂ ਆ ਛੋਟੇ ਨਾਰਮਲ ਨਾਰਮਲ ਜਿਵੇਂ ਅੱਜ ਕੱਲ ਕਈ ਪੁਰਾਣੇ ਪਹਿਲਾਂ ਛਤਰੀ ਛੁਤਰੀ ਤੇ ਲਾ ਲੈਂਦੇ ਸੀ ਇਹ ਸਿੰਗਲ ਮਿਲੂਗਾ ਸਪੀਕਰ ਨਹੀਂ 2 ਸਪੀਕਰ ਹੋਣਗੇ ਜੀ ਨਾਲ ਡੈਕ ਹੋਊਗਾ ਜੀ ਨਾਲ ਡੈਕ ਨਾਲ ਸਾਰੀ ਫਿਟਿੰਗ ਹੋਊਗੀ ਕਿੰਨੇ ਦਾ ਇਹ ਪੈ ਜੂ ਆਪਾਂ ਨੂੰ 2000 ਰੁਪਏ ਦਾ ਜੀ 2000 ਰੁਪਏ ਦਾ ਤੇ ਜਿਹੜੇ ਆਹ ਆ ਗਏ ਇਹ ਪੈ ਜਾਂਦਾ ਜੀ 3350 ਇਹ ਆਪਣੇ 6 ਇੰਚੀ ਆ ਗਈ ਇਹ 8 ਇੰਚੀ ਆ ਗਈ 8 ਇੰਚੀ ਆ ਗਈ 8 ਇੰਚੀ ਆ ਗਈ ਹਾਂਜੀ ਅੱਛਾ ਇਹਦੇ ਉੱਤੇ ਵੀ ਤੁਸੀਂ ਇੱਕ ਮਤਲਬ ਕਵਰ ਦਿੱਤਾ ਹੋਇਆ ਹਾਂ ਹਾਂ ਕਵਰ ਦਿੱਤਾ ਹੋਇਆ ਜੀ ਠੀਕ ਹੈ ਪ੍ਰਿੰਟਿੰਗ ਕਰਾ ਕੇ ਕਵਰ ਦਿੱਤਾ ਹੋਇਆ ਇਹਦੇ ਤੇ ਠੀਕ ਹੈ ਇਹ ਆਪਾਂ ਨੂੰ ਪੈ ਜਾਣੇ 3350 ਹਾਂ 3350 ਜੀ ਠੀਕ ਹੈ ਇਹ ਦੂਆ ਫਿਰ 10 ਇੰਚੀ ਵਾਲੇ ਮਾਡਲ ਆ ਜਾਂਦੇ ਆ ਹਾਂਜੀ ਹਾਂਜੀ 10 ਇੰਚੀ ਵਾਲੇ ਜਿਵੇਂ ਆ ਪੇ 10 ਇੰਚੀ ਆ ਪੇ 10 ਇੰਚੀ ਠੀਕ ਹੈ ਇਹਦਾ ਕੀ ਰੇਟ ਪੈ ਜਾਂਦਾ ਇਹ ਪੈ ਜਾਂਦਾ ਜੀ 7000 ਦਾ ਜੀ 8000 ਤੇ 8500 ਠੀਕ ਹੈ ਜੀ ਇਹ ਜੇ ਆਪਣੇ ਤਿੰਨ ਮਾਡਲ ਆ ਉਹ ਸੈਟਾਂ ਦਾ ਫਰਕ ਹੁੰਦਾ ਜੀ ਸਪੀਕਰ ਸੇਮ ਹੋਣਗੇ ਸੈਟਾਂ ਦਾ ਫਰਕ ਪਈ ਜਾਊਗਾ ਬਈ ਠੀਕ ਹੈ ਵੀਰੇ ਤੇ ਉਸ ਤੋਂ ਬਾਅਦ ਆਪਣਾ 12 ਇੰਚੀ ਆ ਜਾਂਦਾ ਆ ਸੀ ਜਿਹੜੇ ਅੱਗੇ ਲੱਗਦੇ ਸ਼ਾਡਾਂ ਤੇ ਸਾਈਡਾਂ ਵਾਲੇ ਹਾਂ ਇਹਦੇ ਵਿੱਚ ਜੀ ਮੰਨ ਕੇ ਚੱਲੋ ਜੀ ਦੋ ਮਾਡਲ ਇੱਕ 10000 ਤੇ 11000 ਦਾ ਠੀਕ ਹੈ ਵੀਰ ਹਾਂ ਇਹਦੇ ਵਿੱਚ ਵੇਖੀਏ ਤੁਸੀਂ ਜਿਹੜਾ ਡਿੱਕ ਵਗੈਰਾ ਯੂਜ਼ ਕਰੋਗੇ ਫਿਰ ਉਹ ਕਿਹੜਾ ਕਰਦੇ ਆ ਇਹਦੇ ਵਿੱਚ ਉਹ ਜਿਹੜਾ ਆਪਾਂ ਤੁਹਾਨੂੰ ਸਾਰਿਆਂ ਨਾਲ ਪਹਿਲਾਂ ਦਿਖਾਈ ਲੱਕੜ ਦੀ ਬਾਡੀ ਵਾਲਾ ਲੱਕੜ ਦੀ ਬਾਡੀ ਵਾਲਾ ਉਹੀ ਕਹਿ ਲਈਏ ਅੱਠ ਹਸਪੀਟਲ ਠੀਕ ਹੈ ਜੀ ਠੀਕ ਹੈ ਇੱਕ ਤੁਹਾਡੇ ਕੋਲੇ ਕੀਕਰ ਦੀ ਬੇਸ ਵਗੈਰਾ ਵਾਲੇ ਆ ਜਿਹੜੇ ਪਏ ਆ ਸਪੀਕਰ ਪਏ ਆ ਨਾ ਲਿਖਿਆ ਹੋਇਆ ਇਹ ਵੀਰੇ ਆਪਣੀ ਮੰਨ ਕੇ ਚੱਲੋ ਗੱਡੀਆਂ 'ਚ ਲੱਗ ਜਾਂਦੀ ਕਿੱਕਰ ਦੀ ਇੰਪੋਰਟਡ ਬੇਸ ਹੈਗਾ ਹਾਂਜੀ ਹਾਂਜੀ ਕਿੱਕਰ ਹੋ ਗਿਆ ਰੌਕਫੋਰਡ ਹੋ ਗਿਆ ਜੀ ਰੌਕਫੋਰਡ ਠੀਕ ਹੈ ਸਾਰੇ ਬ੍ਰਾਂਡ ਪਏ ਇਹਨਾਂ ਦੀ ਕੁਆਲਿਟੀ ਵੀ ਟੌਪ ਦੀ ਹੈਗੀ ਇਹ ਆਮ ਦੇਖੀ ਕਾਰਾਂ ਵਗੈਰਾ 'ਚ ਲੱਗਦੇ ਆ ਨਾ ਹਾਂ ਹਾਂ ਨਹੀਂ ਇਹ ਕਾਰ ਤੇ ਵੀ ਲੱਗ ਜਾਂਦੇ ਵੀਰੇ ਜੇ ਕਿਸੇ ਟਰੈਕਟਰ ਤੇ ਲਾਉਣਾ ਹੋਵੇ ਸਪੈਸ਼ਲ ਕੋਈ ਤਿਆਰ ਕਰਵਾਉਣਾ ਹੋਵੇ ਆਪਾਂ ਉਹ ਵੀ ਮੰਨ ਕੇ ਚੱਲੋ ਅਗਲੇ ਹਾਂ ਹਾਂ ਮਤਲਬ ਜਿਹੜੀ ਪੇਟੀ ਤਿਆਰ ਹੋਈ ਹੈ ਸਪੈਸ਼ਲੀ ਕਾਰ ਹਾਂ ਹਾਂ ਇਹ ਪੇਟੀ ਕਾਰ ਥਾਰ ਵਗੈਰਾ 'ਚ ਹਾਂ ਹਾਂ ਥਾਰ ਵਗੈਰਾ ਹੋਊਗੀ ਜਾਂ ਗੱਡੀ ਹੋਊਗੀ ਸਾਰੇ ਜੇ ਲੱਗਦੇ ਪੇਟੀ ਕੀ ਇਹਦਾ ਫਿਰ ਡਬਲ ਹੁੰਦੀ ਹੈ ਕਿ ਸਿੰਗਲ ਲੱਗਦੀ ਹੈ ਸੀ ਹਾਂ ਸਿੰਗਲ ਸਿੰਗਲ ਹੈ ਕਿੰਨੇ ਦੀ ਪੈ ਜਾਂਦੀ ਹੈ ਵੀਰੇ ਇਹ ਪੇਟੀ ਪੈ ਜੂਗੀ ਵੀਰੇ ਮੰਨ ਕੇ ਚੱਲੋ 9000 ਦਾ ਮਾਡਲ ਪੈ ਜੂ 10000 ਦਾ ਮਾਡਲ 10000 ਦਾ ਹਾਂ ਇਹਦੇ ਨਾਲ ਐਂਪ ਦਾ ਫਰਕ ਹੋਊਗਾ ਵੀਰੇ ਐਂਪ ਦੀ ਕੁਆਲਿਟੀ ਨਾਲ ਉਹ ਰੌਕਫੋਰਡ 9 ਦਾ ਪੈ ਜੂਗਾ ਜੇ ਆਪਾਂ ਕਿੱਕਰ ਦੀ ਲਾਉਣੀ ਹੈ ਇਹ ਪੈ ਜੂ 10000 ਚ ਪੈ ਜੂ 10000 ਦੀ ਪੈ ਜੂ ਹਾਂ ਇਹਦੀ ਸਾਲ ਦੀ ਗਰੰਟੀ ਹੁੰਦੀ ਹੈ ਵੀਰੇ ਠੀਕ ਹੈ ਜੀ ਸੋ ਦੋਸਤੋ ਆਪਾਂ ਵੇਖੀਏ ਤਾਂ ਅਲੱਗ-ਅਲੱਗ ਹਨਾ ਮਾਡਲ ਤਿਆਰ ਹੁੰਦੇ ਆ ਅਲੱਗ-ਅਲੱਗ ਮੈਗਨੇਟ ਯੂਜ਼ ਹੁੰਦੇ ਹਨਾ ਐਮਐਮ ਦੇ ਹਨਾ ਹਾਂਜੀ ਹਾਂਜੀ ਬਾਈ ਜੀ ਜਿਵੇਂ 155 185 ਹੋ ਗਿਆ ਡੋਡ ਕੁਆਲਿਟੀ ਦਾ ਬਾਕੀ ਬਾਈ ਦਾ ਸਕਰੀਨ ਤੇ ਵੀ ਨੰਬਰ ਚੱਲ ਰਿਹਾ ਕਿਸੇ ਤਰ੍ਹਾਂ ਦੀ ਇਨਕੁਆਇਰੀ ਆ ਨਾ ਤੇ ਇੱਕ ਹੋਮ ਡਿਲੀਵਰੀ ਦਾ ਵੇਖੀਏ ਤੁਹਾਡੇ ਕੋਲ ਹੋਮ ਡਿਲੀਵਰੀ ਵਗੈਰਾ ਕਰ ਦਿੰਨੇ ਫਿਰ ਹਾਂਜੀ ਹਾਂਜੀ ਵੀਰੇ ਕੋਈ ਗੱਲ ਨਹੀਂ ਜਿੱਥੇ ਵੀ ਅਗਲਾ ਬੰਦਾ ਆਪਣੇ ਤੋਂ ਕਰਵਾਉਂਦਾ ਆਪਾਂ ਉੱਥੇ ਹੋਮ ਡਿਲੀਵਰੀ ਕਰਦੇ ਹਾਂ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਆ ਇੱਕ ਤੁਹਾਡਾ ਵੱਡਾ ਮਿਊਜ਼ਿਕ ਸਿਸਟਮ ਆ ਗਿਆ ਹਨਾ ਵੇਖੀਏ ਬਹੁਤ
देख ही सकते हो बाकी बई का मैं एड्रैस वगैरह बई एक बार तुम दस दे है ना कितने जे पै जाती है थोड़ी शॉप ये वीर अपनी रामा मंडी गौशाला रोड एच एस सिद्धू ठीक है वीर हाँ इतने पै जी बाकी नंबर भी चल रहा कोई इनकुआरी होंगी तो बई ना गलबात कर लियो ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ।